ਅੱਛਾ, ਦੁਨੀਆ ਹੈ ਕੁਛ ਹੈ ਤੇ ਤੁਸੀਂ ਘਰ ਵਾਲੀ ਜਦੋਂ ਨਾਲ ਕਰਕੇ ਕਹਿ ਸਕਦੀ ਵੀ ਦੁਨੀਆ ਭੈਣ ਚੋਦਾ ਕੀ ਰਹੂਗੇ, ਅਸੀਂ ਘੰਟਾ ਦੋ ਡੀਕਾਂਗੇ, ਉਸ ਤੋਂ ਬਾਅਦ ਅਸੀਂ ਅੱਗ ਲਾਵਾਂਗੇ ਦੁਕਾਨ ਨੂੰ। ਸਰਦਾਰਾਂ ਦੇ ਨਾਮ ਦੇ ਉੱਤੇ ਕਲੰਕ ਨੇ, ਇਹਨਾਂ ਨੇ ਪਹਿਲਾਂ ਵੀ ਬੜੀ ਮਾੜੀ ਹਰਕਤ ਕੀਤੀ ਸੀ, ਆਪਣੀ ਜਿਹੜੀ ਵਾਈਫ ਸੀ ਉਹਦੇ ਅੰਗਾਂ ਦੀ ਪ੍ਰਦਰਸ਼ਨ ਕੀਤੀ ਸੀ ਤੇ ਦੁਨੀਆ ਬੜੀ, ਮੈਂ ਮਤਲਬ ਸ਼ਬਦ ਨੀ ਲੈ ਸਕਦਾ, ਦੁਨੀਆ ਬੜੀ ਭੈਣ ਚੋਦ ਆ। ਮੁਸਲਿਮ ਸਿੱਖ ਈਸਾਈ ਅਸੀਂ ਸਾਰੇ ਭਾਈ ਭਾਈ ਮਤਲਬ ਸਾਰਿਆਂ ਨੂੰ ਉਹਨੇ ਕਹਿਤਾ ਦੁਨੀਆ ਬੜੀ ਭੈਣ ਚੋਦ ਆ। ਹੁਣ ਇੱਕ ਪੱਗ ਬੰਨ ਕੇ ਫੇਰ ਤੂੰ ਕਹਿਤਾ ਵੀ ਦੁਨੀਆ ਬੜੀ ਇਹ ਭੈਣ ਚੋਦ ਆ, ਪਰ ਇਹਨਾਂ ਨੂੰ ਇਹ ਨੀ ਪਤਾ ਹੈਗਾ ਵੀ ਤੁਸੀਂ ਜਿਹੜੀ ਵੀਡੀਓ ਪਾਈ ਆ ਉਹਦਾ ਮੈਸੇਜ ਕਿੱਥੇ ਤੱਕ ਗਿਆ ਆ, ਠੀਕ ਹੈ ਨਾ। ਮੇਰਾ ਆਪਣਾ ਮਾਇੰਡ ਆ ਵੀ ਇਹ ਨਾ ਸਰਦਾਰ ਨੀ ਹੈ, ਸਰਦਾਰਾਂ ਦੇ ਨਾਮ ਤੇ ਕਲੰਕ ਆ। ਇਹ ਬਿਗ ਬੋਸ ਦੇ ਵਿੱਚ ਜਾਣ ਕਾਰਨ ਇਹਨਾਂ ਨੇ ਪਹਿਲਾਂ ਅੰਗ ਪ੍ਰਦਰਸ਼ਨ ਕੀਤੇ ਆ, ਉਸ ਤੋਂ ਬਾਅਦ ਤੁਸੀਂ ਦੇਖ ਲੋ ਵੀ ਲੜਕੀਆਂ ਦੇ ਜਿਹੜੇ ਫੋਲੋਅਰ ਜਿਆਦਾ ਹੁੰਦੇ ਨੇ, ਲੜਕੇ ਦੇ ਫੋਲੋਅਰ ਇੰਨੇ ਨੇ, ਕਿਉਂਕਿ ਮੇਰੀ ਦੁਨੀਆ ਗਿਰਗਿਟ ਸੀ ਉਹ ਕਾਕਾ ਰੰਗ ਦਿਖਾਏ। ਇਹ ਦੁਨੀਆ ਬੜੀ ਭੈਣ ਚੋਦ ਹੈ। ਅੱਛਾ, ਦੁਨੀਆ ਹੈ ਕੁਛ ਹੈ ਤੇ ਤੁਸੀਂ, ਤੁਹਾਡਾ ਤੇ ਰੱਬ ਹੀ ਰਾਖਾ ਹੈ ਜੀ। ਇੰਨਾ ਕੁਛ ਤੁਸੀਂ ਦਿਖਾਤਾ, ਇੰਨਾ ਤੁਸੀਂ ਦੁਨੀਆ ਨੂੰ ਐਂਟਰਟੇਨ ਕੀਤਾ, ਸਾਰੀ ਦੁਨੀਆ ਹੀ ਤੁਹਾਡਾ ਨਾਮ ਫੈਲ ਗਿਆ, ਅੱਜ ਤੁਸੀਂ ਦੁਨੀਆ ਨੂੰ ਗਾਲਾਂ ਕੱਢ ਰਹੇ ਹੋ ਤੇ ਇਹ ਜੋ ਤੁਹਾਡੀ ਦੁਕਾਨ ਤੇ ਅੱਜ ਪਹੁੰਚ ਗਏ ਨੇ। ਇੱਕ ਸੱਚਾ ਸਿੱਖ ਹੋ ਕੇ, ਨਹੀਂ ਸੱਚਾ ਨਹੀਂ ਮੈਂ ਕਹਾਂਗਾ ਤੁਹਾਨੂੰ, ਕਿੱਦਾਂ ਦੇ ਕੰਮ ਕਰ ਰਹੇ ਆ ਯਾਰ, ਪੰਜਾਬੀ ਕਹਿਣ ਦਾ ਤਾਂ ਤੂੰ ਹੱਕਦਾਰ ਹੀ ਹੈ ਨਹੀਂ, ਤਰੱਕੀ ਹਜ਼ਮ ਨਹੀਂ ਹੋ ਰਹੀ, ਆਖਿਰ ਇਹ ਹੋ ਕੀ ਰਿਹਾ। ਨਮਸਕਾਰ ਦੋਸਤੋ, ਮੈਂ ਤੁਹਾਡਾ ਆਪਣਾ ਮਾਨੇਵਰ ਸੰਦੀਪ, ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਦਾ ਪੋਲ ਖੋਲ ਟੀਵੀ। ਮੈਂ ਤਾਂ ਇਹਨਾਂ ਦੀ ਵੀਡੀਓ ਦੇਖ ਕੇ ਹੈਰਾਨ ਹਾਂ, ਔਰ ਇਹ ਕਹਿ ਕੀ ਰਹੇ ਨੇ, ਤੁਸੀਂ ਜਿਹੜੀਆਂ ਫੇੜੇ ਫਿੰਸੀਆਂ ਦਿਖਾਉਣੀਆਂ ਸੀ ਦਿਖਾਤੀਆਂ ਨੇ ਪਹਿਲੇ। ਇਹ ਸਰਦਾਰ ਜੀ ਨਿਹੰਗ ਸਾਹਿਬ ਤੁਹਾਡੀ ਦੁਕਾਨ 'ਤੇ ਪਹੁੰਚ ਗਏ ਨੇ, ਇਹਨਾਂ ਨੂੰ ਕਿੱਦਾਂ ਫੇਸ ਕਰੋਗੇ? ਅਨਮੋਲ ਕੁਆਤਰਾ ਜੀ, ਮੈਂ ਤੁਹਾਨੂੰ ਗੱਲ ਕਹਿਣੀ ਚਾਹਾਂਗਾ, ਤੁਸੀਂ ਇਹਨਾਂ ਦਾ ਪੋਡਕਾਸਟ ਕੀਤਾ ਸੀ, ਤੁਸੀਂ ਵੀ ਇਹਨਾਂ ਵਾਂਗੂ ਹੀ ਬੜਾ ਕੁਛ ਕਰਕੇ ਆਏ ਹੋ, ਤੁਸੀਂ ਵੀ ਸੜਕ 'ਤੇ ਇੱਕ ਧਰਨਾ ਲਾਇਆ ਸੀ ਅਤੇ ਕਿ ਅਸੀਂ ਦੇਸ਼ ਸੰਭਾਲ ਲਈਓ, ਦੇਸ਼ ਤੁਹਾਡੇ ਬਿਨਾਂ ਵੀ ਚੱਲਣਾ ਸੀ, ਪਰ ਤੁਹਾਨੂੰ ਕਿਸੇ ਨੇ ਚੰਗੇ ਰਾਹ ਪਾਇਆ ਅਤੇ ਤੁਸੀਂ ਬਹੁਤ ਸਾਰੇ ਚੰਗੇ ਕੰਮਾਂ 'ਚ ਲੱਗ ਗਏ। ਪਰ ਇਹਨਾਂ ਨੂੰ ਚੰਗੀ ਮੱਤ ਤਾਂ ਦੇਣੀ ਸੀ ਵੀ ਇਹ ਕਰ ਕੀ ਰਹੇ ਨੇ। ਅੱਜ ਪ੍ਰਦਰਸ਼ਨ ਹੋਇਆ ਹੈ ਜੀ, ਨਿਹੰਗ ਪਹੁੰਚੇ ਨੇ ਕੁੱਲੜ ਪੀਜ਼ਾ ਦੀ ਦੁਕਾਨ 'ਤੇ, ਉਹ ਕਹਿੰਦੇ ਅਸੀਂ ਦੁਕਾਨ ਨੂੰ ਬਾਲਣ ਬਣਾ ਦੇਣਾ ਵੈ। ਤੁਸੀਂ ਇਹ ਦੇਖੋ ਸਾਰੀ ਵੀਡੀਓ, ਅਤੇ ਇਹਨਾਂ ਨੂੰ ਕੁਛ ਅਕਲ ਰੱਬ ਦੇਵੇ, ਕਿਉਂਕਿ ਤਰੱਕੀ ਇਹਨਾਂ ਕੋਲ ਹਜ਼ਮ ਨਹੀਂ ਹੋ ਰਹੀ, ਇਹ ਹਟਦੇ ਨਹੀਂ ਪਏ। ਮੈਂ ਹੋਰ ਇਹਨਾਂ ਬਾਰੇ ਜ਼ਿਆਦਾ ਕੁਛ ਨਹੀਂ ਕਹਿਣਾ ਚਾਹੁੰਦਾ, ਪਰ ਤੁਸੀਂ ਦੇਖੋ ਇਹ ਕੀ ਕਹਿ ਰਹੇ ਨੇ ਤੇ ਇਹ ਅੱਗੋਂ ਹੋ ਕੀ ਰਿਹਾ ਵੈ ਦੁਕਾਨ 'ਤੇ ਇਹਨਾਂ ਦੀ। ਤੇ ਦਾਸ ਰਮਨਦੀਪ ਸਿੰਘ ਮੰਗੂ ਮੱਟ, ਇਸ ਟਾਈਮ ਮੈਂ ਹੁੱਲੜ ਪੀਜ਼ੇ ਵਾਲਿਆਂ ਦੀ ਦੁਕਾਨ 'ਤੇ ਜਲੰਧਰ ਆਇਆ ਹੋਇਆ ਹਾਂ, ਜੋ ਕਿ ਇਹ ਸਰਦਾਰਾਂ ਦੇ ਨਾਮ ਦੇ ਉੱਤੇ ਕਲੰਕ ਨੇ। ਇਹਨਾਂ ਨੇ ਪਹਿਲਾਂ ਵੀ ਬੜੀ ਮਾੜੀ ਹਰਕਤ ਕੀਤੀ ਸੀ, ਆਪਣੀ ਜਿਹੜੀ ਵਾਈਫ ਸੀ ਉਹਦੇ ਅੰਗਾਂ ਦੀ ਪ੍ਰਦਰਸ਼ਨ ਕੀਤੀ ਸੀ ਤੇ ਹੁਣ ਇਹਨੇ ਇੰਨੀ ਕੁ ਮਾੜੀ ਹਰਕਤ ਕੀਤੀ ਆ ਵੀ ਇੱਕ ਇਹਨੇ ਵੀਡੀਓ ਪਾਈ ਆ ਜਿਹਦੇ ਵਿੱਚ ਇਹਨੇ ਕਿਹਾ ਇਹ ਦੁਨੀਆ ਬੜੀ, ਮੈਂ ਮਤਲਬ ਸ਼ਬਦ ਨਹੀਂ ਲੈ ਸਕਦਾ, ਦੁਨੀਆ ਬੜੀ ਭੈਣ ਚੋਦ ਆ, ਠੀਕ ਹੈ। ਇਹਨੇ ਸਾਰੀ ਦੁਨੀਆ ਨੂੰ ਕਹਿਤਾ। ਮੈਂ ਉਹ ਪੁੱਛਣਾ ਚਾਹੁੰਦਾ ਵੀ ਜਿਹੜੇ ਇਹਦੀ ਫੇਵਰ ਦੇ ਵਿੱਚ ਬੰਦੇ ਆਏ ਸੀ ਇਹਨੇ ਉਹਨਾਂ ਨੂੰ ਵੀ ਕਿਹਾ, ਤੇ ਆਪਣਾ ਜਿਹੜਾ ਇਹ ਆ ਸੰਸਾਰ ਆ ਹਿੰਦੂ ਮੁਸਲਿਮ ਸਿੱਖ ਈਸਾਈ ਅਸੀਂ ਸਾਰੇ ਭਾਈ ਭਾਈ ਮਤਲਬ ਸਾਰਿਆਂ ਨੂੰ ਉਹਨੇ ਕਹਿਤਾ ਇਹ ਦੁਨੀਆ ਬੜੀ ਭੈਣ ਚੋਦ ਆ, ਦੁਨੀਆ 'ਤੇ ਸਾਰੇ ਹੀ ਆ ਜਾਂਦੇ ਨੇ।
ਤੇ ਮੈਂ ਇੱਕ ਸਪਸ਼ਟੀਕਰਨ ਲੈਣ ਆਇਆ ਵੀ ਤੂੰ ਕਿਹਨਾਂ ਨੂੰ ਕਿਹਾ ਆ ਵੀ ਦੁਨੀਆਂ ਬੜੀ ਭੈਣ ਚੋਦ ਆ, ਵੀ ਤੂੰ ਕੰਮ ਕਿੱਦਾਂ ਦੇ ਕਰ ਰਿਹਾ ਆ ਸਰਦਾਰਾਂ ਦੇ ਨਾਮ ਦੇ ਉੱਤੇ ਤੂੰ ਕਲੰਕ ਆ। ਪਹਿਲਾਂ ਤਾਂ ਤੂੰ ਏਡਾ ਮਾੜਾ ਕੰਮ ਕੀਤਾ, ਉਹ ਤੋਂ ਬਾਅਦ ਤੂੰ ਹੁਣ ਇੱਕ ਪੱਗ ਬੰਨ ਕੇ ਫਿਰ ਤੂੰ ਕਹਿਤਾ ਵੀ ਦੁਨੀਆਂ ਬੜੀ ਇਹ ਭੈਣ ਚੋਦ ਆ, ਤੇ ਇਸ ਕਰਕੇ ਮੈਂ ਉਹਦਾ ਸਪਸ਼ਟੀਕਰਨ ਲੈਣ ਆਇਆ ਤੇ ਮੈਂ ਇੱਥੇ ਆਇਆ ਹੋਇਆ ਤੇ ਗਿਆ ਹੋਇਆ ਜੈਪੁਰ ਤੇ ਅਸੀਂ ਇੱਥੇ ਬੈਠੇ ਆ ਜਦ ਤੱਕ ਉਹ ਆਉਂਦਾ ਨਹੀਂ ਆ, ਤੇ ਜਦੋਂ ਤੱਕ ਉਹ ਆਉਂਦਾ ਨਹੀਂ ਆ ਸਪਸ਼ਟੀਕਰਨ ਲੈ ਕੇ ਉਹਦੀ ਪੁੱਛਣਾ ਵੀ ਉਹਦੀ ਮਨਸਾ ਕੀ ਆ, ਉਹ ਚਾਹੁੰਦਾ ਕੀ ਆ, ਠੀਕ ਹੈ ਨਾ ਜੀ। ਤੁਸੀਂ ਜਿਹੜੀ ਵੀਡੀਓ ਪਾਈ ਆ ਉਹਦਾ ਮੈਸੇਜ ਕਿੱਥੇ ਤੱਕ ਗਿਆ ਆ, ਠੀਕ ਹੈ ਨਾ, ਕਿਉਂਕਿ ਇਹ ਵਾਇਰਲ ਬੰਦਾ ਆ, ਇਹਨੇ ਜਿਹੜਾ ਮੈਸੇਜ ਗਿਆ ਆ ਉਹ ਇੱਕ ਸਰਦਾਰ ਪੱਗ ਵਾਲਾ ਬੰਦਾ ਕਹਿ ਰਿਹਾ ਆ, ਇਹਦੇ ਵਿੱਚ ਸਾਡੀ ਸਰਦਾਰਾਂ ਦੀ ਜਿਹੜੀ ਛਵੀ ਆ ਬਹੁਤ ਖਰਾਬ ਹੋ ਰਹੀ ਆ, ਇਸ ਕਰਕੇ ਮੈਂ ਆ ਕੇ ਇਹਨੂੰ ਪੁੱਛਣ ਆਇਆ ਵੀ ਤੂੰ ਇਹ ਸ਼ਬਦ ਕਿਉਂ ਲੇ, ਇਹ ਕਿਉਂ ਬੋਲਿਆ ਤੂੰ। ਬਾਬਾ ਜੀ ਪਹਿਲੇ ਮਹੀਨੇ ਦੀ ਵੀਡੀਓ ਬਾਰੇ ਦੁਨੀਆਂ ਨੂੰ ਹੱਥ ਜੋੜਦੇ ਪਈ, ਲੋਕਾਂ ਨੂੰ ਕਹਿ ਰਹੇ ਸੀਗੇ ਕਿ ਵੀਡੀਓ ਡਿਲੀਟ ਕਰ ਦੋ, ਹੁਣ ਫਿਰ ਇਸ ਤਰ੍ਹਾਂ ਦਾ? ਬਿਲਕੁਲ, ਮੈਂ ਜਿੱਥੇ ਤੱਕ ਮੇਰਾ ਆਪਣਾ ਮਾਇੰਡ ਆ ਵੀ ਇਹ ਨਾ ਸਰਦਾਰ ਨਹੀਂ ਹੈ, ਸਰਦਾਰਾਂ ਦੇ ਨਾਮ ਤੇ ਕਲੰਕ ਆ, ਇਹ ਬਿਗ ਬੋਸ ਦੇ ਵਿੱਚ ਜਾਣ ਕਾਰਨ ਇਹਨਾਂ ਨੇ ਪਹਿਲਾਂ ਅੰਗ ਪ੍ਰਦਰਸ਼ਨ ਕੀਤੇ ਆ, ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ ਲੜਕੀਆਂ ਦੇ ਜਿਹੜੇ ਫੋਲੋਅਰ ਜ਼ਿਆਦਾ ਹੁੰਦੇ ਨੇ ਲੜਕੇ ਦੇ ਫੋਲੋਅਰ ਇੰਨੇ ਨੇ, ਕਿਉਂਕਿ ਹੱਲੇ ਵੀ ਲੋਕਾਂ ਨੂੰ ਪਤਾ ਵੀ ਇਹ ਫਿਰ ਦੁਬਾਰਾ ਏਦਾਂ ਦੀ ਹਰਕਤ ਕਰੂਗਾ, ਤੇ ਇਸ ਕਰਕੇ ਮੈਂ ਕਹਿੰਦਾ ਵੀ ਸਰਦਾਰਾਂ ਦੇ ਨਾਂ ਦੇ ਉੱਤੇ ਇਹ ਕਲੰਕ ਆ, ਵੀ ਸਾਨੂੰ ਤਾਂ ਸ਼ਰਮ ਆਉਂਦੀ ਇਹਨੂੰ ਸਰਦਾਰ ਕਹਿੰਦੇ। ਬਾਬਾ ਜੀ ਇਸੇ ਤਰ੍ਹਾਂ ਤੁਸੀਂ ਦੁਕਾਨ ਤੇ ਬੈਠੇ ਰਹੋਗੇ ਜਿੰਨੇ ਦਿਨ ਮਿਲਦੇ ਨੀ ਤੁਹਾਨੂੰ? ਨੀ ਬੈਠੇ ਕੀ ਰਹੋਗੇ, ਅਸੀਂ ਘੰਟਾ ਦੋ ਡੀਕਾਂਗੇ, ਉਸ ਤੋਂ ਬਾਅਦ ਅਸੀਂ ਅੱਗ ਲਾਵਾਂਗੇ ਦੁਕਾਨ ਨੂੰ। ਬੜੀ ਗੱਲਬਾਤ ਹੋਈ, ਅਸੀਂ ਇੱਥੇ ਵਿਹਲੇ ਥੋੜੋ। ਹਾਂਜੀ, ਤੁਹਾਨੂੰ ਕਿਵੇਂ ਪਤਾ ਲੱਗਿਆ ਜੈਪੁਰ ਕੇ? ਬਾਬਾ ਜੀ ਵੀਡੀਓ ਵਾਇਰਲ ਹੋ ਰਹੀ ਹੈ, ਸਾਨੂੰ ਲੋਕਾਂ ਨੇ ਪਾਈ ਆ ਵੀਡੀਓ, ਸਾਨੂੰ ਲੋਕਾਂ ਨੇ ਉਹਨਾਂ ਦੇ ਫੋਨ ਨੇ ਗੱਲ ਨਹੀਂ, ਉਹਨਾਂ ਦੇ ਨਾਲ ਕੋਈ ਗੱਲ ਨਹੀਂ, ਉਹਨਾਂ ਦੇ ਸਟਾਫ ਜਿਹੜੀ ਉਹਨਾਂ ਦੀ ਦੁਕਾਨ ਹੈ ਥੱਲੇ ਜੈਪੁਰ ਗਏ ਆ, ਉਹਨਾਂ ਦੇ ਸਟਾਫ ਨੂੰ ਕਿਹਾ ਵੀ ਉਹਨਾਂ ਨਾਲ ਗੱਲ ਕਰੋ, ਉਹਨਾਂ ਨੂੰ ਪੁੱਛੋ ਵੀ ਤੁਹਾਡਾ ਕੀ ਮਾਨਸੀ, ਤੁਹਾਡੀ ਕੀ ਕਹਿੰਦੀ, ਤੁਸੀਂ ਕਿਉਂ ਪਾਈ ਹੈ ਇਹ, ਕਿਹੜੀ ਦੁਨੀਆਂ ਨੂੰ ਕਿਹਾ ਤੁਸੀਂ, ਕਿਹੜੀ ਦੁਨੀਆਂ ਦੀ ਗੱਲ ਕੀਤੀ ਆ ਤੁਸੀਂ, ਠੀਕ ਆ ਨਾ, ਵੀ ਤੁਸੀਂ ਕਿਹਨਾਂ ਨੂੰ ਕਿਹਾ? ਹਾਂਜੀ, ਓਕੇ। ਇਸ ਬੰਦੇ ਨੇ ਪਹਿਲਾਂ ਤਾਂ ਸਰਦਾਰਾਂ ਦਾ ਨਾਮ ਖਰਾਬ ਕੀਤਾ, ਠੀਕ ਆ, ਉਹ ਸਾਨੂੰ ਇੰਨਾ ਅਸੀਂ ਸ਼ਰਮ ਸਾਨੂੰ ਆਈ ਆਪਣੇ ਆਪ ਤੇ ਵੀ ਇਹਨੇ ਇੰਨੀ ਕੁ ਬੇਇੱਜ਼ਤੀ ਸਾਡੀ ਕਰਾਈ, ਉਸ ਤੋਂ ਬਾਅਦ ਇਹਨੇ ਹੁਣ ਇੱਕ ਕਹਿ ਦਿੱਤਾ ਆ, ਹੁਣ ਇਹਦੇ ਤੁਸੀਂ ਬਿਆਨ ਸੁਣੀ ਲਿਆ, ਇਹਨੇ ਸਾਰੀ ਦੁਨੀਆਂ ਨੂੰ ਕਹਿਤਾ ਇਹ ਦੁਨੀਆਂ ਬੜੀ ਭੈਣ, ਕਿੱਡੀ ਵੱਡੀ ਗੱਲ ਇਹਨੇ ਕਹੀ ਆ, ਵੀ ਕੰਮ ਹਰਕਤਾਂ ਤੂੰ ਕਰ ਰਿਹਾ ਆ ਸਰਦਾਰਾਂ ਦੋ ਨਾਂ ਦੇ ਉੱਤੇ, ਤੂੰ ਕਲੰਕ ਆ, ਤੂੰ ਕੋਈ ਸਰਦਾਰ ਨਹੀਂ ਆ, ਬਿਗ ਬੋਸ ਜਾਣਦੇ ਕਰਕੇ ਤੂੰ ਇਹ ਸਾਰਾ ਆਪਣਾ ਖੇਡ ਰਚਾਇਆ ਆ, ਤੇਰੀ ਦੁਕਾਨ ਤੇ ਸ਼ੋਪ ਦੇ ਬਾਹਰ ਖੜੇ ਆ, ਤੇਰੀ ਸ਼ੋਪ ਬੰਦ ਕਰਾ ਦਾਂਗੇ, ਮਾਫੀ ਮੰਗ ਲਾ, ਏਦਾਂ ਦੀ ਵੀਡੀਓ ਕਦੀ ਵੀ ਨਹੀਂ ਤੂੰ ਪਾਉਣੀ ਹੈਗੀ, ਕਿਉਂਕਿ ਆਪਾਂ ਇਹ ਵੀਡੀਓ ਕਿਉਂ ਪਾ ਰਹੇ ਹਾਂ, ਕਿਉਂ ਆਪਾਂ ਸਾਰੀ ਦੁਨੀਆਂ ਨੂੰ ਕਹਿ ਰਹੇ ਹਾਂ, ਕੀ ਕਹਿ ਰਹੇ ਹਾਂ ਆਪਾਂ, ਕੀ ਮੈਸੇਜ ਦੇ ਰਹੇ ਹਾਂ, ਸਾਰਿਆਂ ਨੂੰ ਕਹਿ ਰਿਹਾ, ਕਿਸੇ ਇੱਕ ਨੂੰ ਨਹੀਂ ਕਹਿ ਰਿਹਾ, ਸਾਰਿਆਂ ਨੂੰ ਕਹਿ ਰਿਹਾ ਆ, ਇਹਦੇ ਵਿੱਚ ਹਿੰਦੂ ਮੁਸਲਿਮ ਸਿੱਖ ਇਸਾਈ ਸਾਰੇ ਹੀ ਆ ਗਏ ਆ। ਹੁਣ ਬਾਬੇ ਤੁਸੀਂ ਇੱਥੇ ਪਹੁੰਚੇ ਹੋ, ਮਿਲੇ ਤੁਹਾਨੂੰ? ਉਹ ਮਿਲੇ ਹੀ ਨਹੀਂ, ਉਹਨਾਂ ਨੇ ਜਿਹੜੇ ਸਟਾਫ ਆ ਉਹਨੂੰ ਕਿਹਾ ਵੀ ਨੰਬਰ ਦੇ, ਫੇਰ ਅਸੀਂ ਕੋਈ ਐਕਸ਼ਨ ਕਰ ਦਾਂਗੇ, ਮੈਂ ਅੱਧੇ ਘੰਟੇ ਦਾ ਟਾਈਮ ਦੇਣਾ, ਆਪਣਾ ਘੰਟਾ ਟਾਈਮ ਹੈਗਾ ਉਹਨਾਂ ਦੇ ਕੋਲੋਂ, ਦੇ ਦੇਣ ਠੀਕ ਹੈ, ਨਹੀਂ ਤਾਂ ਮੈਂ ਫੇਰ ਉਹ ਐਕਸ਼ਨ ਕਰ ਦਾਂਗੇ, ਫੇਰ ਆਪਣੇ ਆਪ ਹੀ ਸਾਰੇ ਭੱਜੇ ਹੋਣਗੇ। ਨੰਬਰ ਤੇ ਟਰਾਈ ਕਰਦੇ, ਨੰਬਰ ਬੰਦ ਆ ਰਿਹਾ, ਜਿਸ ਤਰ੍ਹਾਂ ਆਪਣੇ ਆਪ ਭੱਜੇ ਹੋਣ ਬੋਲੇ ਗਏ ਆ, ਹੈ ਵੀਡੀਓ ਦੇ ਵਿੱਚ ਅਪਸ਼ਬਦ ਬੋਲੇ ਗਏ, ਹਾਂ ਬੋਲੇ, ਗੱਲ ਤਾਂ ਕੱਢੀ ਜਾ, ਹਾਂ ਬਿਲਕੁਲ, ਤੇ ਉਹ ਵੀਡੀਓ ਡਿਲੀਟ ਕਰਾਉਣ ਲਈ ਵੀ ਕਿਹਾ ਜਾ ਰਿਹਾ। ਸਾਰੀ ਦੁਨੀਆਂ ਨੂੰ ਕਹਿ ਰਹੇ ਹੋ, ਮੈਂ ਤਾਂ ਹੈਰਾਨ ਹੈ ਵੀ ਹੁਣ ਉੱਥੇ ਮੈਨੂੰ ਮਿਲਿਆ ਨਹੀਂ, ਕਹਿੰਦੇ ਜੈਪੁਰ ਗਿਆ ਆ,
ਤੇ ਮੈਂ ਕਹਿੰਦਾ ਵੀ ਕੋਈ ਵੀ ਇੱਦਾਂ ਦੀ ਦੁਕਾਨ ਨਹੀਂ, ਕੋਈ ਵੀ ਇੱਦਾਂ ਦਾ ਸਟਾਫ ਨਹੀਂ, ਕੋਈ ਵੀ ਇੱਦਾਂ ਦੀ ਲੋਕੇਸ਼ਨ ਨਹੀਂ ਹੁੰਦੀ ਹੈਗੀ ਵੀ ਜਿਹੜਾ ਕਿ ਦੁਕਾਨ ਦੇ ਉੱਤੋਂ ਪਿੱਛੋਂ ਨੈੱਟਵਰਕ ਨਾ ਹੋਵੇ, ਹਰੇਕ ਦੀ ਪਿੱਛੇ ਲੋਕੇਸ਼ਨ ਹੁੰਦੀ ਆ। ਇਹ ਸਟਾਫ ਨੂੰ ਸਾਰਾ ਪਤਾ ਹੈ, ਉਹਨਾਂ ਨੂੰ ਐਂ ਆ ਵੀ ਇਹ ਬਾਬੇ ਆਏ ਚੱਲ ਜਾਣਗੇ, ਅਸੀਂ ਉੱਤਾਂ ਜਾਣ ਵਾਲੇ ਹੈ ਨਹੀਂ, ਅਸੀਂ ਦਰੀ ਵਿਛਾ ਕੇ ਬੈਠਣ ਲੱਗੇ ਇੱਥੇ। ਹਾਂਜੀ, ਅੱਜ ਬਾਕੀ ਚੈਨਲਾਂ ਰਾਹੀਂ ਸੁਨੇਹਾ ਅਸੀਂ ਗਾਇਕਾਂ ਨੂੰ ਦੇਣਾ ਚਾਹੁੰਦੇ ਹਾਂ ਸਾਰਿਆਂ ਨੂੰ ਕਿ ਜਿਹੜੇ ਗੰਦੀ ਗਾਇਕੀ ਗਾ ਰਹੇ ਆ, ਗੰਦੇ ਮੰਦੇ ਗਾਣੇ ਗਾ ਰਹੇ, ਉਹ ਬੰਦ ਹੋ ਜਾਓ, ਬਾਜ਼ ਆ ਜਾਓ। ਉਹਨਾਂ ਦੀਆਂ ਵੀ ਲੱਤਾਂ ਚੰਗੀ ਤਰ੍ਹਾਂ ਤੋੜਾਂਗੇ, ਉਹਨਾਂ ਦੇ ਸੰਗੀ ਵੀ ਨਾਲ ਪਹੁੰਚ ਹੀ ਗਏ ਆ। ਇਹਨਾਂ ਦੇ ਸਾਹਮਣੇ ਅਸੀਂ ਸਮਝਾ ਕੇ ਗਏ ਸੀ, ਹੌਂਸਲਾ ਦੇ ਗਏ ਚੰਗੀ ਤਰ੍ਹਾਂ ਕਿ ਗੁਰਮੁਖਾ ਕੋਈ ਨਹੀਂ, ਜੋ ਲੰਘ ਗਿਆ ਸਮਾਂ ਲੰਘ ਗਿਆ, ਆਉਣ ਵਾਲੇ ਸਮੇਂ ਧਿਆਨ ਰੱਖਣਾ। ਪਰ ਇਹ ਤਾਂ ਬਹੁਤ ਹੀ ਜ਼ਿਆਦਾ, ਚਲੋ ਤੁਸੀਂ ਸਿੰਪਲ ਮੇਰੇ ਹਿਸਾਬ ਦੇ ਨਾਲ ਜੀ, ਸਿਰ ਦੇ ਉੱਤੇ ਸੁੰਦਰ ਦਸਤਾਰ ਆ ਸਾਡੇ, ਦਾੜਾ ਪ੍ਰਕਾਸ਼ ਆ, ਫਿਰ ਤਾਂ ਲੰਡੀ ਪੁੱਚੀ ਗਾਣਿਆਂ 'ਤੇ ਵੀਡੀਓ ਪਾਉਣ ਦਾ ਮਤਲਬ ਨਹੀਂ ਮੰਨਦਾ, ਕਿਉਂਕਿ ਦਸਤਾਰ ਆ ਸਿਰ ਦੇ ਉੱਤੇ, ਇੱਕੋ ਜਿਹਾ ਪਹਿਰਾਵਾ ਦੋਨਾਂ ਦਾ ਹੋਵੇ ਤਾਂ ਜ਼ਿਆਦਾ ਚੰਗੀ ਗੱਲ ਆ। ਸਹਿਜ ਅਰੋੜਾ ਵੀ ਉਹ ਗਲਤ ਤਰੀਕੇ ਦੇ ਨਾਲ ਚੱਲਦੇ ਆ ਹਜੇ ਵੀ, ਪਰ ਜੇ ਸਾਨੂੰ ਇਹ, ਅਸੀਂ ਜਦੋਂ ਵਿਚਾਰ ਕਰਕੇ ਪਹੁੰਚੇ, ਸਾਨੂੰ ਇਹ ਹੁਣ ਠੋਕਰ ਵੱਜੀ ਬਹੁਤ ਵੱਡੀ, ਆਉਣ ਵਾਲੇ ਸਮੇਂ 'ਤੇ ਵਧੀਆ ਢੰਗ ਦੇ ਨਾਲ ਦੁਨੀਆ ਦੇ ਸਾਹਮਣੇ ਆਉਣਗੇ। ਪਰ ਸਾਨੂੰ ਇਹ ਵਿਸ਼ਵਾਸ ਨਹੀਂ ਹੋਇਆ ਦੇਖ ਕੇ, ਜਦੋਂ ਮੈਂ ਦੇਖੀ ਵੀਡੀਓ ਸਾਨੂੰ ਸਿੰਘਾਂ ਨੇ ਪਾਈ, ਉਹਨਾਂ ਨੇ ਪਾਈ ਜਿਨ੍ਹਾਂ ਨੇ ਸਾਨੂੰ ਆਉਣ ਤੋਂ ਰੋਕਿਆ ਸੀ, ਆਉਣ ਤੋਂ ਬਾਅਦ ਵੀ ਸਾਡਾ ਵਿਰੋਧ ਹੋਇਆ, ਬਾਹਰਲੇ ਮੁਲਕਾਂ ਤੱਕ ਸਾਡਾ ਵਿਰੋਧ ਹੋਇਆ, ਤੁਸੀਂ ਜਾ ਕੇ ਗਲਤ ਕੀਤਾ। ਅੱਜ ਵੀ ਸਾਡੀਆਂ ਵੀਡੀਓ ਇੰਟਰਨੈੱਟ 'ਤੇ ਹਨ, ਅੱਜ ਵੀ ਉਹਨਾਂ ਉੱਤੇ ਤੁਸੀਂ ਕਮੈਂਟ ਟਿੱਪਣੀਆਂ ਪੜ੍ਹ ਸਕਦੇ ਹੋ, ਲੋਕਾਂ ਨੇ ਕਿਹਾ ਤੁਸੀਂ ਗਲਤ ਕੀਤਾ ਜਾ ਕੇ ਉੱਥੇ, ਪਰ ਅਸੀਂ ਕਿਹਾ ਨਹੀਂ, ਸਾਡਾ ਫਰਜ਼ ਸੀ ਹੌਂਸਲਾ ਦੇਣਾ। ਪਰ ਸਾਡੇ ਹੌਂਸਲਾ ਦੇਣ ਦਾ ਮਤਲਬ ਇਹ ਨਹੀਂ ਕਿ ਜੋ ਮਰਜ਼ੀ ਕਰੋ ਬਾਅਦ 'ਚੋਂ ਵੀ ਅਸੀਂ ਤੁਹਾਡੇ ਨਾਲ ਹਾਂ, ਨਹੀਂ, ਗਲਤ ਕੰਮ ਦੇ ਅਸੀਂ ਨਾਲ ਨਹੀਂ। ਜੇ ਕੋਈ ਡਿੱਗਦਾ ਹੈ ਉਹਨੂੰ ਅਸੀਂ ਚੱਕਦੇ ਹਾਂ, ਜੇ ਕੋਈ ਸਿਰ 'ਤੇ ਹੀ ਚੜ੍ਹਨ ਨੂੰ ਕਰੇ ਉਹਨੂੰ ਫਿਰ ਘੁਮਾ ਕੇ ਥੱਲੇ ਵੀ ਸਾਨੂੰ ਸੁੱਟਣਾ ਹੁੰਦਾ। ਉਹਨਾਂ ਵੱਲੋਂ ਨਹੀਂ ਮਾਫੀ ਨਾ ਮੰਗੀ, ਫਿਰ ਮਾਫੀ ਨਾ ਮੰਗੀ ਗਈ, ਫਿਰ ਸ਼ਿਕਰ ਤਾਂ ਹੈ ਹੀ ਹੈ। ਮੰਗਾ ਸਕਦਾ ਖਾਲਸਾ ਤੇ ਬੈਠਿਆ, ਜੇ ਵੱਡੇ ਤੋਂ ਵੱਡੇ ਅਫਸਰ ਨੂੰ ਮੰਗਾ ਸਕਦਾ, ਜਦੋਂ ਰੋਡ ਹੋਇਆ ਨਾ 2 ਮਿੰਟ ਜਾਮ, ਦੁਕਾਨ ਹੋਈ ਬੰਦ, ਉਹਨਾਂ ਦੀਆਂ ਨਿਕਲ ਗਈਆਂ ਚੀਕਾਂ, ਸਾਡੇ ਸਿੱਖ ਧਰਮ ਦੇ ਅੱਗੇ ਬਦਨਾਮ ਕੀਤਾ ਜਾ ਰਿਹਾ, ਸਾਡੇ ਸਿੱਖ ਧਰਮ ਦੇ ਵੀ ਆਗੂ ਮੈਂ ਕਹਿਣ ਤੋਂ ਗਰੇਜ਼ ਨਹੀਂ ਕਰਾਂਗਾ, ਵੱਡੇ ਵੱਡੇ ਮਸਲਿਆਂ 'ਚ ਆ ਕੇ ਮੀਟਿੰਗਾਂ ਕਰ ਲੈਂਦੇ ਆ, ਵੱਡੇ ਵੱਡੇ ਢਿੱਡ ਕੱਢ ਕੇ ਬਹਿ ਜਾਂਦੇ ਆ, ਵੱਡੀਆਂ ਵੱਡੀਆਂ ਸ੍ਰੀ ਸਭਾ ਪੜ੍ਹ ਲੈਂਦੇ ਆ, ਇਹੋ ਜਿਹੇ ਮੁੱਦੇ ਕਿਹਨਾਂ ਨੇ ਸੰਭਾਲਣੇ ਆ, ਅਤੇ ਜਿਹੜੇ ਇਹੋ ਜਿਹੇ ਮੁੱਦੇ ਸੰਭਾਲਦੇ ਆ ਉਹਨਾਂ ਨਾਲ ਤੁਰਨ ਨੂੰ ਤਿਆਰ ਨਹੀਂ ਹੁੰਦੇ। ਜੇ ਸਾਡੀ ਸਰਮੋਰ ਸੰਸਥਾ ਇੱਕ ਆਏ ਜੋਗੀ ਹੋਵੇ ਨਾ, ਸਤਿਕਾਰਯੋਗ ਅਕਾਲ ਤਖਤ ਸਾਹਿਬ, ਮੈਂ ਨਮਸਤਾ ਕਰਦੇ ਉੱਥੇ, ਪਰ ਇਹ ਬਾਦਲ ਦਲ ਦੀ ਜੇਬਾਂ 'ਚੋਂ ਜਥੇਦਾਰ ਨਿਕਲੇ ਅਤੇ ਉੱਥੇ ਪ੍ਰਧਾਨ ਨਿਕਲੇ, ਜੇ ਉਹ ਸਾਡੇ ਕਿਤੇ ਸਿੰਘਾਂ 'ਚੋਂ ਕੋਈ ਖਾਲਸਾ 'ਚੋਂ ਇੱਕ ਵੀ ਬਹਿ ਜਾਏ ਨਾ, ਅਤੇ ਬੰਦੇ ਦੇ ਪੁੱਤ ਦੁਨੀਆ ਸਾਰੀ 'ਤੇ ਬਣਾ ਕੇ ਦੱਸ ਦੇਵੇ ਕਿ ਸਿੱਖਾਂ ਦੀ ਰਹਿਨੁਮਾਈ ਕਿੱਦਾਂ ਹੁੰਦੀ ਆ। ਪਰ ਇਹਨਾਂ ਨੇ ਗਦਰ ਗੰਦ ਪਾ ਤਾ, ਤਾਂ ਹੀ ਇਹੋ ਜਿਹੇ ਸੂਲਾਂ ਉੱਠਦੀਆਂ ਨੇ, ਕਿ ਉਹਨਾਂ ਨੂੰ ਮੂੰਹ ਜਿਹੜੇ ਦੰਬੜੇ ਆ ਨਾ ਉਹ ਖਾਲਸੇ ਨੂੰ ਆਉਂਦੇ ਆ। ਇਸੇ ਕਰਕੇ ਇਹ ਖਾਲਸਾ ਇਸੇ ਕਰਕੇ ਤੁਰਿਆ ਵਾ ਕਿ ਅਸੀਂ ਉਹਨਾਂ ਦੀ ਹੁਣ ਤੱਕ ਪਰਵਾਹ ਕੀਤੀ, ਹੁਣ ਨਹੀਂ ਅਸੀਂ ਪਰਵਾਹ ਕਰਦੇ ਉੱਤੇ ਵਾਲੇ। ਗਾਇਕਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਬਿਲਕੁਲ ਬਿਲਕੁਲ ਜੀ, ਬਿਲਕੁਲ ਬਿਲਕੁਲ, ਜਿਹੜਾ ਵੀ ਬੰਦਾ ਰੋਂਗ ਚੱਲਦਾ ਉਹ ਸਾਰੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਹ ਕੰਮ ਇੱਥੇ ਆਉਣ ਤੋਂ ਪਹਿਲੇ ਤੁਹਾਡੀ ਗੱਲਬਾਤ ਹੋਈ ਕੋਈ ਫੋਨ ਤੇ ਇਹਨਾਂ ਨਾਲ? ਬਿਲਕੁਲ ਨਹੀਂ, ਬਿਲਕੁਲ ਗੱਲਬਾਤ ਨਹੀਂ ਹੋਈ। ਸਾਨੂੰ ਬਾਹਰੋਂ ਕਾਲਾਂ ਆਈਆਂ, ਬਾਹਰੋਂ ਵੀਡੀਓ ਆਈਆਂ, ਵੇਖ ਕੇ ਮਨ ਦੁਖੀ ਹੋਇਆ। ਲੋਕ ਇਹਨਾਂ ਦੀ ਵੀਡੀਓ ਅਟੈਚ ਕਰਕੇ ਨਾ ਨਾਲ ਅਤੇ ਦੁੱਖ ਜ਼ਾਹਰ ਕਰ ਰਹੇ ਆ ਵੀ ਅਸੀਂ ਤਾਂ ਤੁਹਾਡੇ ਨਾਲ ਇੰਨਾ ਚੰਗਾ ਕੀਤਾ, ਅਸੀਂ ਦੁਨੀਆ ਦੀ ਪਰਵਾਹ ਨਾ ਕਰਦੇ ਹਾਂ, ਤੁਹਾਡੇ ਨਾਲ ਖੜ੍ਹੇ, ਅੱਜ ਤੁਸੀਂ ਸਾਨੂੰ ਰੋਂਗ ਸ਼ਬਦ, ਸਾਨੂੰ ਗੰਦੀਆਂ ਗਾਲਾਂ ਕੱਢ ਰਹੇ ਹੋ, ਅਤੇ ਇਹ ਮਤਲਬ ਤੁਹਾਡੇ ਲਈ ਚੰਗੀ ਗੱਲ ਨਹੀਂ। ਉਹਨਾਂ ਲੋਕਾਂ ਦੀਆਂ ਕੌਲਾਂ ਆਈਆਂ, ਦਰਦ ਲੈ ਕੇ ਅੱਜ ਜਿਹੜੇ ਲੋਕ ਇਹਨਾਂ ਦਾ ਸਾਥ ਦੇ ਰਹੇ ਸੀਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਜਿਹੜੇ ਲੋਕ ਇਹਨਾਂ ਦਾ ਸਾਥ ਦੇ ਰਹੇ ਸੀ, ਹੁਣ ਮੈਂ ਉਹਨਾਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵਾਂ ਵੀ ਤੁਸੀਂ ਇਹ ਸਾਥ ਦੇਣ ਦਾ ਨਤੀਜਾ ਵੇਖ ਲਿਆ। ਇਹ ਹੁਣ ਤੁਸੀਂ ਕਹਿ ਰਹੇ ਹੋ ਨਾ ਸਾਨੂੰ ਕਿ ਅਸੀਂ ਸਾਥ ਦਿੱਤਾ ਅਤੇ ਇਹਨਾਂ ਨੇ ਨਮਕ ਹਰਾਮੀ ਕੀਤੀ, ਸਾਡੇ ਸਾਥ ਦੇਣ ਦਾ ਗਲਤ ਪ੍ਰਣਾਮ ਨਿਕਲਿਆ। ਇਸੇ ਕਰਕੇ ਕੋਈ ਬਹੁਤੀ ਵਾਰੀ ਕਿਸੇ ਨੂੰ ਸਮਝਾਉਂਦਾ ਨਹੀਂ, ਸਾਥ ਦੇਣ ਨੂੰ ਲੋਕ ਘੱਟ ਜਾਂਦੇ ਨੇ ਕਿ ਜਿਹੜੇ ਕੁੱਤੇ ਦੀ ਪੂਛ ਆ, ਕੁੱਤੇ ਦੀ ਪੂਛ ਹੀ ਰਹਿੰਦੀ, ਉਹ ਕਦੇ ਸਿੱਧੀ ਨਹੀਂ। ਲੱਗਦਾ ਇਹਨਾਂ ਨੂੰ ਗਿਲਟੀ ਫੀਲ ਹੋ ਰਹੀ ਕੀ ਹੈ ਇੰਨਾ ਕੁਛ ਵੀਡੀਓ ਵਾਇਰਲ ਹੋ ਰਿਹਾ? ਜੇ ਫੀਲ ਹੋਇਆ ਹੁੰਦਾ, ਹੁਣ ਜਿਹਨਾਂ ਨੇ ਸਾਥ ਦਿੱਤਾ ਹਮਦਰਦੀ ਜਤਾਈ,
ਬਣਦੀ ਸੀ ਉਦੋਂ, ਅਸੀਂ ਵੀ ਨਾਲ ਖੜੇ ਬਣਦਾ ਸੀ ਉਦੋਂ, ਪਰ ਹੁਣ ਜਿਨ੍ਹਾਂ ਨੇ ਸਾਥ ਦਿੱਤਾ ਸੀ ਸਾਰਿਆਂ ਨੂੰ ਮੈਸੇਜ ਦਿੰਦੇ ਹਾਂ, ਸੁਨੇਹਾ ਦਿੰਦੇ ਹਾਂ, ਸਾਰੇ ਹੀ ਕੰਟੈਕਟ ਇਹਨਾਂ ਦੇ ਨਾਲ ਕਰਕੇ ਚੰਗੀ ਤਰ੍ਹਾਂ ਲਾਣ ਤੱਕ ਆ ਕੇ ਸਮਝਾਉਣਾ। ਅੱਗੇ ਤੇ ਲੋਕਾਂ ਨੂੰ ਸ਼ੱਕ ਸੀ ਨਾ ਕਿ ਵੀਡੀਓ ਕਿਸੇ ਨੇ ਵਾਇਰਲ ਕਰ ਦਿੱਤੀ ਆ ਜਾਂ ਇਹਨਾਂ ਕੋਲ ਗਲਤੀ ਹੋ ਗਈ ਆ, ਪਰ ਇਹੋ ਜਿਹੀਆਂ ਕਰਤੂਤਾਂ ਵੇਖ ਕੇ ਮੈਂ ਗਰੰਟੀ 100% ਕਹਿ ਸਕਦਾ ਕਿ ਵੀਡੀਓ ਨਾ ਖੁਦ ਬਣਾ ਕੇ ਇਹਨਾਂ ਨੇ ਆਪ ਵਾਇਰਲ ਕੀਤੀ ਆ। ਇਹਦੇ ਪਿੱਛੇ ਮਕਸਦ ਕੀ ਆ ਇਹਨਾਂ ਦਾ, ਕਿੰਨੀ ਕੁ ਗਿਰੀ ਸੋਚ ਵਾ ਉਹ ਵਾਹਿਗੁਰੂ ਜਾਣਦਾ ਜਾਂ ਇਹ ਜਾਣਦੇ ਆ। ਅੱਛਾ ਇੱਥੇ ਹੀ ਆ ਜੀ ਆਪਣੇ ਖਾਲਸੇ ਦੀ ਪਿੱਛੇ ਤੱਕ, ਜਿੰਨਾ ਚਿਰ ਸਾਨੂੰ ਪਿੱਛੋਂ ਕੰਮ ਨਹੀਂ ਆਉਂਦਾ, ਜਿਨ੍ਹਾਂ ਦੇ ਵੱਧੇ ਆਏ ਆ ਵੱਡੇ ਮਹਾਂਪੁਰਖਾਂ ਦੇ ਨਹੀਂ ਆਉਂਦਾ, ਖਾਲਸਾ ਇੱਥੇ ਰਹੂਗੀ। ਜਿੰਨਾ ਚਿਰ ਕੋਈ ਸਪਸ਼ਟੀਕਰਨ ਨਹੀਂ ਆਉਂਦਾ, ਗੱਲ ਨਹੀਂ ਹੁੰਦੀ, ਉਹਨਾਂ ਚਿਰ ਅਸੀਂ ਇੱਥੇ ਪੈ ਰਹੇ। ਸਟਾਫ ਨੇ ਗੱਲਬਾਤ ਕੀਤੀ, ਆਪ ਕੀਤੀ ਖੁਦ, ਇਹਨਾਂ ਦੀ ਮੈਡਮ ਨਾਲ ਵੀ ਹੋਈ, ਉਹ ਕਹਿੰਦੀ ਉਹ ਜੈਪੁਰ ਗਏ ਨੇ, ਉਹਨਾਂ ਕੱਲ੍ਹ ਨੂੰ ਆ ਜਾਣਾ ਵਾ। ਸਟਾਫ ਨੇ ਗੱਲ ਕਰਾਉਣ ਦੀ ਕੋਸ਼ਿਸ਼ ਕੀਤੀ, ਮੁੜ ਕੇ ਉਹਨਾਂ ਨੇ ਕਿਹਾ ਵੀ ਤੁਸੀਂ ਆਹ ਕਾਲ ਕਰ ਲਓ, ਨੰਬਰ ਲੈ ਲਓ। ਜਦੋਂ ਅਸੀਂ ਉਹ ਨੰਬਰ ਤੋਂ ਕਾਲ ਕੀਤੀ, ਗੱਲ ਕਰਨ ਦਾ ਕੋਸ਼ਿਸ਼ ਕੀਤੀ, ਇਹਨਾਂ ਦਾ ਸਵਿੱਚ ਔਫ ਆ ਰਿਹਾ, ਉਹਨਾਂ ਨੂੰ ਪਤਾ ਲੱਗ ਗਿਆ ਕਿ ਸਿੰਘ ਪਹੁੰਚ ਕੇ ਸਟਾਫ ਨੇ ਦੱਸ ਦਿੱਤਾ ਹੋਇਆ, ਉਸ ਤੋਂ ਬਾਅਦ ਉਹਨੇ ਸਵਿੱਚ ਔਫ ਕਰ ਲਿਆ। ਜਿਹੜੀ ਤੁਸੀਂ ਨਮੂਨੇ ਤੌਰ 'ਤੇ ਵੀਡੀਓ ਦੇਖੋ, ਆਹ ਵਾਲੀ ਵੀਡੀਓ ਹੈ ਜਿੱਥੇ ਇਸ ਤਰ੍ਹਾਂ ਸਿੰਪਲ ਹੈ। ਛੋਟੀ ਜੀ ਕਈ ਸਾਡੇ ਕੋਲ ਵੀਡੀਓ ਪਹੁੰਚੀਆਂ ਹੋਈਆਂ ਜਿਹੜੀਆਂ ਮਤਲਬ ਗਲਤ ਜਿਹੜਾ ਤਰੀਕੇ ਦੇ ਨਾਲ ਉਹ ਗਾਣਿਆਂ ਦੇ ਉੱਤੇ ਵੀਡੀਓ ਜਿਹੜੀਆਂ ਪਾਈਆਂ ਹੋਈਆਂ ਸਾਰਿਆਂ ਨੂੰ। ਇਹਨਾਂ ਇਕੱਲਾ ਸਹਿਜ ਰੋੜੇ ਨੂੰ ਨਹੀਂ, ਗੁਰਪ੍ਰੀਤ ਕੌਰ ਨੂੰ ਨਹੀਂ, ਇਕੱਲਾ ਅਸੀਂ ਉਹਨਾਂ ਨੂੰ ਵੀ ਸੁਨੇਹਾ ਦੇ ਰਹੇ ਜਿਹੜੇ ਅੱਜ ਦੇ ਸਮੇਂ ਉੱਤੇ ਇੰਸਟਾਗ੍ਰਾਮ 'ਤੇ ਆਮ ਫੇਸਬੁੱਕਾਂ 'ਤੇ ਸਾਰੀ ਜਗ੍ਹਾ ਗਲਤ ਗਾਣਿਆਂ ਉੱਤੇ ਦਸਤਾਰਾਂ ਸਜਾ ਕੇ ਜਿਹੜੀਆਂ ਬੱਚੀਆਂ ਜੋ ਵੀ ਕਰ ਰਹੀਆਂ ਐਕਟਿੰਗਾਂ ਉਹ ਬਿਲਕੁਲ ਗਲਤ ਕਰ ਰਹੀਆਂ। ਇਹੋ ਜਿਹਾ ਕੰਮ ਨਾ ਕਰੋ, ਗੰਦੇ ਗੀਤਾਂ ਦੇ ਉੱਤੇ ਗੁਰੂ ਸਾਹਿਬ ਦੀ ਸਿੱਖੀ ਨੂੰ ਨਾ ਬਦਨਾਮ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।